सूबे दे विच अपराध वध रहा, आए दिन चोरियां हो रही ने, जिस ते ठल पाउण दे लई पुलिस वल्लों भी कोशिश की जा रही है, पर फिर भी शरारती अंसर अपनियां हरकतां तो बाज नहीं आ रहे। ताज़ा मामला लुधियाणा दे थाणा जमालपुर दे अधीन पैंदे इलाके भामिया खुरद तो सामने है, जिथे चोरां दे वल्लों एक फैक्टरी दे विच चोरी की गई है। फैक्टरी दे विच पया 1500 किलो दे करीब तांबा लैके चोर फरार होए ने। चोरां दी इह घटिया करतूत सीसीटीवी कैमरे दे विच भी कैद हुई है। दसिया जा रहा है कि चोरी हुए तांबे की कीमत लखां रुपए है। फैक्टरी दे मालक का कहना है कि चोर पौड़ियां चढ़ के छत ते लगे शेड राही अंदर वड़े अते वारदात नूं अंजाम दे के फरार हो गए। 14 तरीक नूं हुई है सवेरे तकरीबन 2:10 ते मुंडे आए सीगे, ਉਹ ਇੱਥੋਂ ਪੌੜੀਆਂ ਰਾਹੀਂ ਚੜ੍ਹ ਗਏ ਉੱਤੇ। ਚੜ੍ਹਨ ਤੋਂ ਬਾਅਦ ਉਹਨਾਂ ਨੇ ਉੱਪਰੋਂ ਸ਼ੈੱਡ ਦੇ ਨੱਟ ਖੋਲ੍ਹ ਕੇ ਸਿੱਧੇ ਅੰਦਰ ਵੜ ਗਏ। ਅੰਦਰੋਂ ਉਹਨਾਂ ਨੇ ਬੋਰੀਆਂ ਚੱਕੀਆਂ, ਤਕਰੀਬਨ 1400-1500 ਕਿਲੋ ਦੇ ਨੇੜੇ ਤਾਂਬਾ ਸੀਗਾ, ਉਹ ਲੈ ਕੇ ਚੱਕ ਗਏ। ਬੋਰੀਆਂ ਦੇ ਵਿੱਚ ਤਾਂਬਾ ਸੀ, ਉਹਨਾਂ ਨੇ ਅੰਦਰ ਪਈ ਪੌੜੀ ਲਾ ਕੇ ਉਹ ਪੌੜੀ ਰਾਹੀਂ ਤਾਂ ਚੜ੍ਹਾਇਆ ਇਹਨਾਂ ਨੇ। ਉਹ ਆਏ ਇੱਧਰ ਦੀ ਸੀਗੇ, ਪੌੜੀਆਂ ਰਾਹੀਂ ਚੜ੍ਹੇ ਸੀਗੇ, ਉਤਰੇ ਵੀ ਇੱਧਰ ਦੀ ਆ। ਤਾਂਬਾ ਉਹਨਾਂ ਨੇ ਪਿਛਲੇ ਪਾਸੇ ਕਿਤੇ ਸੁੱਟਿਆ, ਉੱਧਰੋਂ ਚੱਕ ਕੇ ਲੈ ਗਏ। ਤਕਰੀਬਨ 1400-1500 ਕਿਲੋ ਮਾਲ ਸੀਗਾ, ਤਕਰੀਬਨ 650 ਰੁਪਈਏ ਦਾ ਰੇਟ ਆ। ਸੀਸੀਟੀਵੀ ਕੈਮਰੇ ਲੱਗੇ, ਉਹਨਾਂ ਦੀ ਫੋਟੋਆਂ ਵੀ ਵਿੱਚ ਆਈਆਂ ਹੋਈਆਂ, ਪਰ ਉਹ ਬਲੈਕ ਐਂਡ ਵਾਈਟ ਹੋਣ ਕਰਕੇ ਥੋੜ੍ਹੀ ਗੱਲ ਕਲੀਅਰ ਨਹੀਂ ਹੋ ਰਹੀ। ਕੁਛ ਉਹਨਾਂ ਨੇ ਸੋਲ ਲਪੇਟੇ ਹੋਏ ਸੀ। ਹਾਂਜੀ, ਉਹ ਸਾਡੇ ਸਾਹਮਣੇ ਕਿਸੇ ਦਾ ਗੱਡਾ ਲੈ ਗਏ, ਉਸੇ ਗੱਡੇ ਦੇ ਵਿੱਚ ਉਹ ਮਾਲ ਪਾ ਕੇ ਲੈ ਕੇ ਗਿਆ। ਤਿੰਨ ਜਣੇ ਸੀਗੇ ਅਤੇ ਉਹ ਤਿੰਨ ਜਣੇ ਉਹ ਸਾਹਮਣੇ ਗੱਡਾ ਚੱਕਿਆ, ਉਹਨਾਂ ਨੇ ਚੱਕ ਕੇ ਅਤੇ ਉਹਦੇ ਵਿੱਚ ਮਾਲ ਪਾ ਕੇ ਲੈ ਕੇ ਗਿਆ। ਇਹ ਤਾਂ ਕੁਛ ਨਹੀਂ ਕਹਿ ਸਕਦੇ ਜੀ, ਇਹਦੀ ਪੱਕੀ ਨਹੀਂ ਹੈਗਾ, ਕਿਉਂਕਿ ਜਿਹੜੇ ਬੰਦੇ ਆਏ ਆ ਹੁਣ ਨਸ਼ੇੜੀਆ ਸਿੱਖ ਹੋਣ, ਇਹ ਤਾਂ ਨਹੀਂ ਪਤਾ ਲੱਗਦਾ। ਪੁਲਿਸ ਵਾਲੇ ਆਏ ਸੀ, ਰਿਪੋਰਟ ਲਿਖ ਕੇ ਗਏ ਆ, ਅਤੇ ਉਹ ਕਹਿੰਦੇ ਜੀ ਅਸੀਂ ਕਾਰਵਾਈ ਕਰਦੇ ਹਾਂ। ਉਹਨਾਂ ਨੇ ਕੁਛ ਨਾਲ ਤੁਹਾਡੇ ਜਾ ਕੇ ਕੈਮਰੇ ਵੀ ਚੈੱਕ ਕੀਤੇ ਆਸੇ ਪਾਸੇ ਦੁਕਾਨਾਂ ਦੇ, ਪਰ ਉਸ ਸਾਈਡ 'ਤੇ ਉਹ ਗਏ ਨਹੀਂ ਆ, ਭਾਈ ਦੂਸਰੇ ਸਾਈਡ 'ਤੇ ਚੈੱਕ ਕਰਨੇ ਅੱਜ। ਕੱਲ੍ਹ ਜਿਸ ਹਿਸਾਬ ਨਾਲ ਪੁਲਿਸ ਨੇ ਆ ਕੇ ਸਾਡੇ ਨਾਲ ਜਾ ਕੇ ਦੁਕਾਨਾਂ ਦੇ ਵਿੱਚ ਚੈੱਕ ਕੀਤਾ, ਕਾਰਵਾਈ ਤਾਂ ਢਿੱਲੀ ਨਹੀਂ ਲੱਗਦੀ ਉਹਨਾਂ ਦੀ। ਕੀ ਲੱਗ ਰਿਹਾ ਕਿ ਜਿਹੜੇ ਚੋਰ ਨਸ਼ੇੜੀ ਹੈ ਜਾਂ ਕੋਈ ਵੀ ਆ, ਪਕੜੇ ਜਾਣਗੇ ਜਲਦੀ ਪਹੁੰਚਾ ਜਾਂਦੇ? ਇਹ ਤਾਂ ਪੁਲਿਸ 'ਤੇ ਡਿਪੈਂਡ ਕਰਦਾ ਉਹ ਕਿੰਨੀ ਕੁ ਵੱਡੀ ਕਾਰਵਾਈ ਕਰਦੀ ਆ, ਕਿੰਨਾ ਕੁ ਐਕਸ਼ਨ ਲੈਂਦੀ ਹੈ ਜਾਂ ਕੀ ਕਰਦੀ ਆ। ਉਹਨਾਂ ਨੇ ਕੈਮਰੇ ਤਾਂ ਚੈੱਕ ਕੀਤੇ ਸਾਡੇ ਨਾਲ ਜਾ ਕੇ, ਉਹ ਕਹਿੰਦੇ ਸੀ ਦੁਬਾਰਾ ਫਿਰ ਆ ਕੇ ਫਿਰ ਕੈਮਰੇ ਚੈੱਕ ਕਰਾਂਗੇ। ਕੀ ਉੱਪਰੋਂ ਨੱਟ ਜਿਹੜੇ ਸ਼ੈੱਡ ਸੀਗੇ, ਕੋਈ ਨੱਟ ਵੀ ਖੋਲ੍ਹੇ ਸੀ? ਨੱਟ ਖੋਲ੍ਹ ਕੇ ਉਹਨਾਂ ਨੇ ਸ਼ੈੱਡ ਪੱਟਿਆ, ਸ਼ੈੱਡ ਪੱਟ ਕੇ ਉੱਥੋਂ ਦੀ ਅੰਦਰ ਵੜ। ਸੋ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਕੀ ਕਾਰਵਾਈ ਕਰੇਗੀ, ਕਿਉਂਕਿ ਆਏ ਦਿਨ ਸੂਬੇ ਦੇ ਵਿੱਚ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਜੋ ਕਿ ਪੰਜਾਬ ਪੁਲਿਸ 'ਤੇ ਵੀ ਵੱਡੇ ਸਵਾਲ ਖੜ੍ਹੇ ਕਰਦੀਆਂ ਨੇ ਕਿ ਆਖਿਰਕਾਰ ਪੰਜਾਬ ਦੇ ਵਿੱਚ ਕੀ ਹੋ ਰਿਹਾ। ਇਸ ਪੰਜਾਬ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਜਿਸ ਦੇ ਵਿੱਚ ਅੱਜ ਅਪਰਾਧ ਵੱਧ ਚੁੱਕੇ ਨੇ, ਆਏ ਦਿਨ ਲੁੱਟ, ਕਤਲ ਅਤੇ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ। ਕੈਨਿਸ ਪੰਜਾਬ ਦੇ ਲਈ ਲੁਧਿਆਣਾ ਤੋਂ ਰੋਹਿਤ ਦੀ ਰਿਪੋਰਟ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।